ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ। ਕਿਸਾਨ ਵੀਰੋ, ਅੱਜ ਤੁਹਾਨੂੰ ਦੱਸਾਂਗੇ ਵੇਸਟ ਡੀਕੰਪੋਜ਼ਰ ਦੇ ਬਾਰੇ। ਜਿਵੇਂ ਕਿ ਨਾਂ ਤੋਂ ਹੀ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਵੇਸਟ ਡੀਕੰਪੋਜ਼ਰ ਆ, ਇਹ ਵਾਧੂ ਜਿਹੜੀ ਹੈਗੀ ਆ ਵੇਸਟ, ਚਾਹੇ ਉਹ ਮਿਊਂਸਪਲ ਵੇਸਟ ਸ਼ਹਿਰਾਂ ਦੀ ਹੋਵੇ, ਚਾਹੇ ਆਪਣੇ ਪਸ਼ੂਆਂ ਦੇ ਵਾਧੂ ਮਲ ਮੂਤਰ ਹੋਵੇ, ਚਾਹੇ ਆਪਾਂ ਖੇਤਾਂ ਦੀ ਵੇਸਟ ਹੋਵੇ ਜਿਵੇਂ ਝੋਨੇ ਦੀ ਪਰਾਲੀ ਵਗੈਰਾ, ਤਾਂ ਉਹਨਾਂ ਨੂੰ ਡੀਕੰਪੋਜ਼ ਕਰਨ ਵਾਸਤੇ ਉਹਨਾਂ ਤੋਂ ਇੱਕ ਵਧੀਆ ਕਿਸਮ ਦੀ ਖਾਦ, ਜਿਹਨੂੰ ਆਪਾਂ ਕੰਪੋਸਟ ਕਹਿ ਦਿੰਦੇ ਹਾਂ, ਉਹ ਤਿਆਰ ਕਰਨ ਵਾਸਤੇ ਜਿਹੜਾ ਹੈਗਾ ਇਹ ਵੇਸਟ ਡੀਕੰਪੋਜ਼ਰ ਵਰਤਿਆ ਜਾਂਦਾ। ਇਹ ਨੈਸ਼ਨਲ ਸੈਂਟਰ ਆਫ ਔਰਗੈਨਿਕ ਫਾਰਮਿੰਗ ਗਾਜ਼ੀਆਬਾਦ ਦੇ ਜਿਹੜੇ ਵਿਗਿਆਨਕਾਂ ਨੇ ਦੇਸੀ ਗਾਂ ਦੇ ਗੋਹੇ ਤੋਂ ਖਾਸ ਕਿਸਮ ਦੇ ਜਿਹੜੇ ਸੂਖਮ ਜੀਵ ਆ ਉਹਨਾਂ ਨੂੰ ਵੱਖ ਕਰਕੇ, ਉਹਨਾਂ ਨੂੰ ਕਲਚਰ ਕਰਕੇ, ਉਹਨਾਂ ਤੋਂ ਜਿਹੜਾ ਹੈਗਾ ਤਿਆਰ ਕੀਤਾ। ਇਹ ਬਾਇਓ ਫਰਟੀਲਾਈਜ਼ਰ ਦੇ ਤੌਰ 'ਤੇ, ਮਤਲਬ ਕਿ ਖਾਦ ਦੇ ਤੌਰ 'ਤੇ, ਬਾਇਓ ਪੈਸਟੀਸਾਈਡ ਮਤਲਬ ਕਿ ਕੀਟਨਾਸ਼ਕ ਜਾਂ ਉੱਲੀਨਾਸ਼ਕ ਦੇ ਤੌਰ 'ਤੇ, ਅਤੇ ਜਿਹੜੀ ਮਿੱਟੀ ਦੀ ਸਿਹਤ ਦੇ ਸੁਧਾਰਕ ਦੇ ਤੌਰ 'ਤੇ ਜਿਹੜਾ ਹੈਗਾ ਇਹ ਵਰਤਿਆ ਜਾ ਸਕਦਾ। ਕਿਸਾਨ ਵੀਰੋ, ਇਹ ਜਿਹੜੀ ਹੈਗੀ ਹੈ ਛੋਟੀ ਜਿਹੀ ਸ਼ੀਸ਼ੀ ਹੁੰਦੀ ਹੈ 30 ਗ੍ਰਾਮ ਦੀ ਵੇਸਟ ਡੀਕੰਪੋਜ਼ਰ ਦੀ, ਜਿਹਨੂੰ ਕਿ ਆਪਾਂ ਅੱਗੇ ਸਲਿਊਸ਼ਨ ਬਣਾਉਣ ਵਾਸਤੇ ਜਿਹੜਾ ਵਰਤ ਸਕਦੇ ਹਾਂ, ਜਿਹੜਾ ਕਿ ਆਪਾਂ ਵੱਖ ਵੱਖ ਜਿਹੜੇ ਆਪਣੇ ਕੰਮ ਆ ਉਹਨਾਂ ਵਾਸਤੇ ਜਿਹੜੇ ਹੈਗੇ ਵੱਖ ਵੱਖ ਕੰਮਾਂ ਵਾਸਤੇ ਵਰਤ ਸਕਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸੂਗਾ ਮੈਂ ਵੀ ਇਹਨੂੰ ਤਿਆਰ ਕਿਸ ਤਰ੍ਹਾਂ ਕਰਨਾ, ਸੋ ਇਹ ਜਿਹੜੇ ਹੈਗੇ ਪੂਰਾ ਧਿਆਨ ਨਾਲ ਸੁਣ ਲਿਓ। ਇੱਕ ਬਹੁਤ ਵਧੀਆ ਸਲਿਊਸ਼ਨ ਤਿਆਰ ਹੁੰਦਾ ਜਿਹਨੂੰ ਆਪਾਂ ਵੱਖ ਵੱਖ ਜਿਹੜੇ ਆਪਣੇ ਕੰਮ ਆ ਉਹਦੇ ਵਾਸਤੇ ਵਰਤ ਸਕਦੇ ਹਾਂ। ਕਿਸਾਨ ਵੀਰੋ, ਜਿਹੜਾ ਵੇਸਟ ਡੀਕੰਪੋਜ਼ਰ ਦੀ ਇੱਕ ਸ਼ੀਸ਼ੀ ਲੈਣੀ ਹੈ, ਇਹ ਸ਼ੀਸ਼ੀ ਆਪਾਂ ਨੈਸ਼ਨਲ ਸੈਂਟਰ ਆਫ ਔਰਗੈਨਿਕ ਫਾਰਮਿੰਗ ਤੋਂ ਬਾਏ ਮਨੀ ਆਰਡਰ ਵੀ ਮੰਗਾ ਸਕਦੇ ਹਾਂ। ਆਪਾਂ ਨੈੱਟ ਦੇ ਉੱਤੇ ਔਨਲਾਈਨ ਖੋਲ੍ਹ ਕੇ ਕਈ ਸਾਈਟਾਂ ਦੇ ਉੱਤੇ ਜਿਹੜੀ ਹੈਗੀ ਹੈ ਮਿਲ ਜਾਂਦੀ, 20 ਰੁਪਏ ਦੀ ਇੱਕ ਸ਼ੀਸ਼ੀ ਹੈ ਕਿਸਾਨ ਵੀਰੋ। ਅਤੇ ਕਈ ਜਗ੍ਹਾ 'ਤੇ ਜਿਹੜੇ ਹੈਗੇ ਸੈਂਟਰ ਬਣੇ ਹੋਏ ਆ ਔਨਲਾਈਨ, ਤੁਸੀਂ ਨੈੱਟ 'ਤੇ ਕੱਢ ਕੇ ਜਿਹੜਾ ਹੈਗਾ ਵੱਖ ਵੱਖ ਦੇ ਸਕਦੇ ਹਾਂ। ਇਹਨੂੰ ਤਿਆਰ ਕਰਨ ਵਾਸਤੇ ਕਿਸਾਨ ਵੀਰੋ, ਸਭ ਤੋਂ ਪਹਿਲਾਂ ਜਿਹੜਾ ਹੈਗਾ ਇੱਕ ਪਲਾਸਟਿਕ ਦਾ ਡਰੰਮ ਲੈਣਾ ਤੁਸੀਂ। ਇਹਦੇ ਵਾਸਤੇ ਕੋਈ ਲੋਹੇ ਦਾ ਜਾਂ ਹੋਰ ਕੋਈ ਕਿਸੇ ਧਾਤ ਦਾ ਡਰੰਮ ਨਹੀਂ ਲੈਣਾ ਗਾ, ਕਿਉਂਕਿ ਇਹ ਜਿਹੜਾ ਉਹਦੇ ਨਾਲ ਜਿਹੜਾ ਰਿਐਕਟ ਕਰ ਜਾਂਦੇ ਆ ਸੂਖਮ ਜੀਵ, ਉਹਨਾਂ ਨਾਲ ਨੁਕਸਾਨ ਪਹੁੰਚਦਾ ਹੈਗਾ। ਅਤੇ ਪਲਾਸਟਿਕ ਦੇ ਡਰੰਮ ਦੇ ਵਿੱਚ ਕਿਸਾਨ ਵੀਰੋ 200 ਲੀਟਰ ਪਾਣੀ ਲੈਣਾ, ਉਹਦੇ ਵਿੱਚ ਆਪਾਂ 2 ਕਿਲੋ ਗੁੜ ਪਾ ਲੈਣਾ, ਉਹਨੂੰ ਘੋਲ ਕੇ ਚੰਗੀ ਤਰ੍ਹਾਂ 200 ਲੀਟਰ ਪਾਣੀ ਦੇ ਵਿੱਚ 2 ਕਿਲੋ ਗੁੜ ਨੂੰ, ਉਹਦੇ ਵਿੱਚ ਜਿਹੜੀ ਹੈਗੀ ਇੱਕ ਸ਼ੀਸ਼ੀ ਵੇਸਟ ਡੀਕੰਪੋਜ਼ਰ ਦੀ, ਜਿਹੜਾ ਕਿ 30 ਗ੍ਰਾਮ ਮਟੀਰੀਅਲ ਹੁੰਦਾ ਉਹਨੂੰ ਵਿੱਚ ਪਾ ਕੇ, ਅਤੇ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਸਲਿਊਸ਼ਨ ਨੂੰ, ਅਤੇ ਉਹਨੂੰ ਉੱਤੋਂ ਚਾਹੇ ਤੁਸੀਂ ਲੱਕੜ ਦੇ ਢੱਕਣ ਨਾਲ ਢੱਕ ਦਿਓ, ਚਾਹੇ ਉਹਨੂੰ ਕਿਸੇ ਬੋਰੀ ਨਾਲ ਢੱਕ ਦਿਓ, ਅਤੇ ਜਦੋਂ ਉਹਨੂੰ ਸਲਿਊਸ਼ਨ ਨੂੰ ਹਿਲਾਉਣਾ ਉਹਨੂੰ ਲੱਕੜ ਦੇ ਡੰਡੇ ਨਾਲ ਹੀ ਹਿਲਾਉਣਾ, ਹੋਰ ਕਿਸੇ ਧਾਤ ਦੇ ਜਿਹੜੇ ਹੈਗੇ ਆ ਸਰੀਏ ਵਗੈਰਾ ਨਾਲ ਜਿਹੜਾ ਨਹੀਂ ਹਿਲਾਉਣਾ ਹੈਗਾ। ਅਤੇ ਇਹ ਜਿਹੜਾ ਸਲਿਊਸ਼ਨ ਹੈ ਘੋਲ ਕੇ ਉਹਨੂੰ ਹਫ਼ਤਾ ਭਰ ਆਪਾਂ ਰੱਖਣਾ ਇੱਦਾਂ ਹੀ, ਅਤੇ ਦਿਹਾੜੀ ਦੇ ਵਿੱਚ ਜਦੋਂ ਵੀ ਟਾਈਮ ਮਿਲੇ 2 ਵਾਰੀ 4 ਵਾਰੀ ਇਹਨੂੰ ਹੈਗਾ ਹਿਲਾਉਂਦੇ ਰਹਿਣਾ, ਅਤੇ ਹਫ਼ਤੇ ਬਾਅਦ ਜਿਹੜਾ ਆਪਣਾ ਇਹ ਸਲਿਊਸ਼ਨ ਤਿਆਰ ਹੋ ਜਾਂਦਾ 200 ਲੀਟਰ ਦਾ। ਇਹਨੂੰ ਆਪਾਂ ਚਾਹੇ ਆਪਾਂ ਸਪਰੇਅ ਕਰਨੀ ਹੈ ਕਿਸੇ ਉੱਲੀਨਾਸ਼ਕ ਦੇ ਤੌਰ 'ਤੇ, ਕੀਟਨਾਸ਼ਕ ਦੇ ਤੌਰ 'ਤੇ, ਉਹ ਵੀ ਵਰਤ ਸਕਦੇ ਹਾਂ। ਉਹਦੇ ਵਾਸਤੇ ਆਪਾਂ ਵੱਖਰੀ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਵੀ ਜੇ ਉੱਲੀਨਾਸ਼ਕ ਤੌਰ 'ਤੇ ਵਰਤਣੀ ਕਿਸ ਤਰ੍ਹਾਂ ਵਰਤਣਾ, ਪਰਾਲੀ ਦੀ ਜੇ ਡੀਕੰਪੋਜੀਸ਼ਨ ਕਰਨੀ ਹੈ ਤਾਂ ਉਹਨੂੰ ਕਿਸ ਤਰ੍ਹਾਂ ਵਰਤਣਾ। ਸੋ ਇਹਦੇ ਵਿੱਚ ਆਪਾਂ ਜਿਹੜੇ ਹੈਗੇ ਤਿਆਰ ਕਿਵੇਂ ਕਰਨਾ ਉਹਦੇ ਬਾਰੇ ਮੈਂ ਦੱਸ ਰਿਹਾ। ਸੋ ਜਿਵੇਂ ਦੱਸਿਆ ਇਹ ਸਲਿਊਸ਼ਨ ਜਿਹੜਾ ਤਿਆਰ ਹੋ ਗਿਆ ਕਿਸਾਨ ਵੀਰੋ, ਇਹ ਜਦੋਂ ਆਪਾਂ ਤਿਆਰ ਹੋ ਗਿਆ ਇਸ ਤੋਂ ਗਾਂਹ ਦੀ ਗਾਂਹ ਹੀ ਆਪਾਂ ਜਿਹੜਾ ਹੈਗਾ ਸਲਿਊਸ਼ਨ ਚਾਹੇ ਜਿੰਨਾ ਮਰਜ਼ੀ ਤਿਆਰ ਕਰ ਲਈਏ, ਦੁਬਾਰਾ ਆਪਾਂ ਨੂੰ ਜਿਹੜਾ ਵੇਸਟ ਡੀਕੰਪੋਜ਼ਰ ਖਰੀਦਣ ਦੀ ਜਾਂ ਮੰਗਵਾਉਣ ਦੀ ਲੋੜ ਨਹੀਂ ਹੈਗੀ। ਉਹਦੇ ਵਾਸਤੇ ਆਪਾਂ ਕੀ ਕਰਨਾ ਹੈ, ਜਿਹੜਾ ਇਹ ਸਲਿਊਸ਼ਨ ਹੈ ਉਹਦੇ ਵਿੱਚੋਂ ਬਣੇ ਹੋਏ ਸਲਿਊਸ਼ਨ 'ਚੋਂ 200 ਲੀਟਰ, ਜੋ ਆਪਾਂ 20 ਲੀਟਰ ਸਲਿਊਸ਼ਨ ਲੈ ਕੇ ਉਹਨੂੰ ਕਿਸੇ ਡਰੰਮ 'ਚ ਹੋਰ 'ਚ ਪਾ ਕੇ ਉਹਦੇ ਵਿੱਚ 2 ਕਿਲੋ ਗੁੜ ਪਾ ਲਓ, ਅਤੇ ਉਹਦਾ ਜਿਹੜਾ 200 ਲੀਟਰ ਵੋਲੀਅਮ ਕਰ ਲਓ। ਇਹ ਅਗਲਾ ਜਿਹੜਾ ਹੈ ਆਪਣਾ ਜਿਹੜਾ ਸਲਿਊਸ਼ਨ ਤਿਆਰ ਹੋ ਗਿਆ। ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਚਾਹੇ ਆਪਾਂ 100 ਡਰੰਮ ਤਿਆਰ ਕਰ ਲਈਏ, 200 ਡਰੰਮ ਕਰ ਲਈਏ ਤਿਆਰ, ਵੀ ਆਪਾਂ ਨੂੰ ਜਿਹੜਾ ਹੈਗਾ ਦੁਬਾਰਾ ਜਿਹੜਾ ਵੇਸਟ ਡੀਕੰਪੋਜ਼ਰ ਲੈਣ ਦੀ ਬਿਲਕੁਲ ਜ਼ਰੂਰਤ ਨਹੀਂ। ਕਈ ਕਿਸਾਨ ਵੀਰ ਪੁੱਛਦੇ ਜੀ ਇਹ ਜਿਹੜਾ ਹੈਗਾ ਔਰਗੈਨਿਕ ਫਾਰਮਿੰਗ ਵਾਸਤੇ ਸਪੈਸ਼ਲ ਵਰਤਿਆ ਜਾਂਦਾ ਹੈ ਜਾਂ ਇਹਦੇ ਵਿੱਚ ਆਪਾਂ ਕੈਮੀਕਲ ਦੀ ਯੂਜ਼ ਨਹੀਂ ਕਰ ਸਕਦੇ। ਸੋ ਇਹ ਤੁਹਾਨੂੰ ਦੱਸਣਾ ਚਾਹੂੰਗਾ ਕਿਸਾਨ ਵੀਰ, ਜਿਹੜਾ ਵੇਸਟ ਡੀਕੰਪੋਜ਼ਰ ਆਪਾਂ ਹਰ ਜਗ੍ਹਾ 'ਤੇ ਵਰਤ ਸਕਦੇ ਹਾਂ ਜੇ ਆਪਾਂ ਵਰਤਣਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਕੀ ਆ ਵੀ ਜੇ ਆਪਾਂ ਵੇਸਟ ਡੀਕੰਪੋਜ਼ਰ ਵਰਤਦੇ ਹਾਂ ਤਾਂ ਉਹਦੇ ਨਾਲ ਜਿਹੜੀ ਹੈਗੀ ਮਿੱਟੀ ਦੀ ਸਿਹਤ ਸੁਧਾਰ ਦੀ, ਕਿਉਂਕਿ ਇਹ ਸੂਖਮ ਜੀਵਾਂ ਦਾ ਇੱਕ ਕਲਚਰ ਤਿਆਰ ਕੀਤਾ ਹੋਇਆ ਸਟੈਂਡਰਡਾਈਜ਼ ਕਰਕੇ, ਅਤੇ ਉਹਨੂੰ ਆਪਾਂ ਜਦੋਂ ਸਪਰੇ ਕਰਦੇ ਹਾਂ ਜ਼ਮੀਨ 'ਚ ਪਾਉਂਦੇ ਹਾਂ ਜਿਹੜਾ ਸਿੰਜਾਈ ਵਾਲੇ ਪਾਣੀ ਦੇ ਨਾਲ, ਚਾਹੇ ਆਪਾਂ ਉਹਦੇ ਨਾਲ ਬੀਜ ਟ੍ਰੀਟਮੈਂਟ ਕਰਦੇ ਹਾਂ, ਉਹਦੇ ਵਾਸਤੇ ਜਿਹੜੀ ਡਿਟੇਲ ਦੀ ਇੱਕ ਵੱਖਰੀ ਵੀਡੀਓ ਮੈਂ ਪਾ ਰਿਹਾ, ਤੋ ਇਹਦੇ ਵਿੱਚ ਆਪਾਂ ਉਹਦੇ ਨਾਲ ਬਿਲਕੁਲ ਯੂਜ਼ ਕਰ ਸਕਦੇ ਹਾਂ ਆਮ ਰਵਾਇਤੀ ਖੇਤੀ ਦੇ ਵਿੱਚ। ਉਹਦੇ ਵਿੱਚ ਕੀ ਆਪਾਂ ਖਾਦਾਂ ਦੀ ਸਗੋਂ ਵਰਤੋਂ ਘੱਟਦੀ ਹੈ ਉਹਦੇ ਵਿੱਚ ਜੇ ਆਪਾਂ ਵੇਸਟ ਡੀਕੰਪੋਜ਼ਰ ਜਿਹੜਾ ਹੈਗਾ ਵਰਤਦੇ ਹਾਂ ਤਾਂ। ਸੋ ਇਹਦੇ ਇਹ ਵੇਸਟ ਡੀਕੰਪੋਜ਼ਰ ਆਪਾਂ ਕਿਤੇ ਵੀ ਵਰਤ ਸਕਦੇ ਹਾਂ, ਇਹਦੀ ਕੋਈ ਕੀਮਤ ਬਹੁਤੀ ਨਹੀਂ ਹੈਗੀ। ਕਿਸਾਨ ਵੀਰ ਉਹਨੂੰ ਜਿਹੜੀ ਵੱਧ ਤੋਂ ਵੱਧ ਜਿਹੜੀ ਹੈਗੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਹੁਣ ਜਿਵੇਂ ਆ ਪਰਾਲੀ ਦਾ ਆਪਣਾ ਹੈਗਾ
ਜਿਹੜੀ ਪ੍ਰੋਬਲਮ ਚੱਲ ਰਹੀ ਹੈ। ਸੋ ਇਹ ਪਰਾਲੀ ਦੀ ਸਾਂਭ ਸੰਭਾਲ ਦੇ ਵਿੱਚ ਇੱਕ ਵਧੀਆ ਰੋਲ ਅਦਾ ਕਰ ਸਕਦਾ ਜੇ ਆਪਾਂ ਇਹਨਾਂ ਨੂੰ ਠੀਕ ਢੰਗ ਨਾਲ ਜਿਹੜੇ ਆਪਾਂ ਇਹਦੀ ਵਰਤੋਂ ਕਰੀਏ ਤਾਂ। ਸੋ ਇਹਦੀ ਜੇ ਕੋਈ ਇਹਦੇ ਬਾਰੇ ਕੋਈ ਸੰਬੰਧਿਤ ਸਵਾਲ ਹੋਵੇ ਤਾਂ ਥੱਲੇ ਜਿਹੜਾ ਹੈਗਾ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਇਹ ਜਿਹੜੀ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਵੀ ਜਿਹੜਾ ਵੇਸਟ ਡੀਕੰਪੋਜ਼ਰ ਆ ਇਹ ਆਪਾਂ ਅੱਗੇ ਜਿਹੜਾ ਹੈਗਾ ਹੁਣ ਪਰਾਲੀ ਨੂੰ ਗਾਲਣ ਵਾਸਤੇ ਜਾਂ ਆਪਣੀ ਖੇਤੀ ਦੇ ਵਿੱਚ ਇਹਦੀ ਵਰਤੋਂ ਜ਼ਰੂਰ ਲਿਆਓ, ਕਿਉਂਕਿ ਇਹਦੇ ਨਾਲ ਖਾਦਾਂ ਦੀ ਵਰਤੋਂ ਘੱਟਦੀ ਆ, ਇਹਨੂੰ ਆਪਾਂ ਸਰੀਰ ਟ੍ਰੀਟਮੈਂਟ ਦੇ ਤੌਰ 'ਤੇ ਵੀ ਯੂਜ਼ ਕਰ ਸਕਦੇ ਹਾਂ, ਅਤੇ ਇਹਨੂੰ ਆਪਾਂ ਇੱਕ ਉੱਲੀਨਾਸ਼ਕ ਜਾਂ ਕੀਟਨਾਸ਼ਕ ਦੇ ਤੌਰ 'ਤੇ ਵੀ ਯੂਜ਼ ਕਰ ਸਕਦੇ ਹੈਗੇ ਹਾਂ। ਅਤੇ ਜੇ ਕੋਈ ਸਵਾਲ ਹੋਵੇ ਥੱਲੇ ਕਮੈਂਟ ਜ਼ਰੂਰ ਕਰ ਦਿਓ। ਜਿਹੜਾ ਹੋਰ ਜਾਂ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਜੀ। ਜਿਹੜੀ ਪੂਰੀ ਹੋਰ ਦੂਜੀ ਜਾਣਕਾਰੀ ਇਹਦੇ ਬਾਰੇ ਆਪਾਂ ਅਗਲੀ ਵੱਖਰੀ ਵੀਡੀਓ 'ਚ ਪਾਵਾਂਗੇ। ਬਹੁਤ ਬਹੁਤ ਧੰਨਵਾਦ।